ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਨਾਮ ਕੀ ਜੀ? ਅਮਨਦੀਪ ਕੌਰ। ਕਿਹੜਾ ਪਿੰਡ ਜੀ? ਖਲਵਾੜੇ ਤੋਂ। ਤੁਸੀਂ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀ? ਹੁਣ ਠੀਕ ਹੈ, ਪਹਿਲਾਂ ਜਿਹੜਾ ਇਲਾਜ ਕਰਾਇਆ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇਲਾਜ ਚੱਲਦੇ ਨੂੰ? 6-7 ਮਹੀਨੇ ਹੋ ਗਏ ਇਲਾਜ ਚੱਲਦਿਆਂ ਨੂੰ, ਅਤੇ ਇੱਥੋਂ ਅਸੀਂ ਜਿੱਦਾਂ ਬਹੁਤ ਇਲਾਜ ਕਰਵਾਇਆ ਅਤੇ ਆਰਾਮ ਨਹੀਂ ਆਇਆ। ਹਾਂਜੀ, ਮੈਨੂੰ ਅਤੇ ਇੱਥੋਂ ਹੀ ਮਹਾਰਾਜਾ ਹੋਸਪਿਟਲ ਤੋਂ ਇੱਥੋਂ ਹੀ ਆਇਆ ਆਰਾਮ। ਹਾਂਜੀ, ਹੁਣ ਮੈਂ ਬਿਲਕੁਲ ਠੀਕ ਹਾਂ, ਬਾਂਹ ਮੇਰੀ ਠੀਕ ਆ ਬਿਲਕੁਲ। ਜਦੋਂ ਪਹਿਲਾਂ ਮੇਰੇ ਕੋਲ ਪਹਿਲੇ ਦਿਨ ਆਏ ਸੀ ਉਦੋਂ ਕੀ ਮਹਿਸੂਸ ਹੁੰਦਾ ਹੈ ਤੁਹਾਨੂੰ? ਪਹਿਲੇ ਦਿਨ ਜਦੋਂ ਆਏ ਬਹੁਤ ਜ਼ਿਆਦਾ ਦਰਦ ਹੁੰਦੀ ਸੀ। ਹਾਂਜੀ, ਹੁਣ ਦਰਦ ਹੁੰਦੀ ਕੋਈ ਨਹੀਂ? ਹੁਣ ਠੀਕ ਆ ਬਿਲਕੁਲ। ਕਿੰਨੇ ਮਹੀਨੇ ਪਹਿਲਾਂ ਦੀ ਪ੍ਰੋਬਲਮ ਸੀ? 7 ਮਹੀਨੇ ਹੋ ਗਏ ਸੀਗੇ, ਬਹੁਤ ਸਾਰੇ ਪਾਸੇ ਜਿੱਦਾਂ ਇਲਾਜ ਕਰਵਾਇਆ ਕਿਤੇ ਵੀ ਮੈਨੂੰ ਆਰਾਮ ਨਹੀਂ ਆਇਆ ਹੈਗਾ। ਮਤਲਬ ਠੀਕ ਪਰੇਸ਼ਾਨੇ ਹੋਏ ਹੈ ਨਾ? ਹਾਂਜੀ, ਪਰੇਸ਼ਾਨੇ ਹੋਏ। ਠੀਕ ਹੋਏ ਨਹੀਂ ਹੈਗੇ? ਨਹੀਂ ਹੋਏ ਨਹੀਂ। ਹੁਣ ਤੁਸੀਂ ਇਲਾਜ ਕਰਾਇਆ, ਦਰਦ ਤੋਂ ਕੋਈ ਪ੍ਰੋਬਲਮ, ਕੋਈ ਤਕਲੀਫ, ਕੋਈ ਵੀ ਪ੍ਰੋਬਲਮ? ਨਹੀਂ, ਹੁਣ ਕੋਈ ਪ੍ਰੋਬਲਮ ਨਹੀਂ ਹੈ ਕਿ ਬਿਲਕੁਲ ਠੀਕ ਆ। ਕਿੰਨੇ ਪਰਸੈਂਟ ਠੀਕ ਹੋ ਤੁਸੀਂ? 100% ਠੀਕ ਆ। ਇਲਾਜ ਤੋਂ ਖੁਸ਼ ਆ ਪੂਰੇ? ਹਾਂਜੀ, ਬਹੁਤ ਖੁਸ਼ ਆ। ਬਾਹ ਘੁਮਾਓ ਤਾਂ ਆਪਣੀ। ਅੱਜ ਕਰ ਦੇ ਪਲਸਤਰ? ਹਾਂਜੀ, ਕਰ ਦੋ। ਪਲਸਤਰ ਕੱਟਣਾ ਹੈ ਤੁਹਾਡਾ? ਹਾਂਜੀ, ਕੱਟਣਾ ਹੈ। ਹੁਣ ਤਕਲੀਫ ਦਰਦ ਕੋਈ ਨਹੀਂ ਹੈਗੀ ਨਾ? ਨਹੀਂ, ਕੋਈ ਨਹੀਂ ਹੈਗੀ। ਚਲੋ ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ।